ਦੀਵਾਲੀ ਦੇ ਸ਼ੁਭ ਮੌਕੇ ਦੇ ਉੱਤੇ ਮੈਂ ਜਿੱਥੇ ਦੇਸ਼ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ, ਵਿਸ਼ੇਸ਼ ਕਰਕੇ ਰਾਜਪੁਰਾ ਨਿਵਾਸੀਆਂ ਨੂੰ ਬਹੁਤ ਬਹੁਤ ਮੈਂ ਵਧਾਈ ਦਿੰਦਾ ਹਾਂ। ਇਹ ਪਵਿੱਤਰ ਤਿਉਹਾਰ ਜੋ ਹਰ ਵਰ੍ਹੇ ਅਸੀਂ ਬੜੀਆਂ ਖੁਸ਼ੀਆਂ ਚਾਵਾਂ ਨਾਲ ਮਨਾਉਂਦੇ ਹਾਂ, ਪਰੰਤੂ ਇਹਨਾਂ ਤਿਉਹਾਰਾਂ 'ਤੇ ਕੁਛ ਜੋ ਦੇਖਣ ਨੂੰ ਮਿਲਦਾ ਹੈ, ਵਿਸ਼ੇਸ਼ ਕਰਕੇ ਜੋ ਅਸੀਂ ਆਪਣੇ ਵਾਤਾਵਰਣ ਨੂੰ ਵੀ ਖਰਾਬ ਕਰਦੇ ਹਾਂ ਖੁਸ਼ੀਆਂ ਦੇ ਨਾਲ ਨਾਲ, ਤਾਂ ਉਹ ਸਾਨੂੰ ਰੋਕਣਾ ਬਹੁਤ ਜ਼ਰੂਰੀ ਹੈ, ਜਿਹਦੇ ਲਈ ਅਸੀਂ ਖੁਦ ਵੀ ਜ਼ਿੰਮੇਵਾਰ ਹਾਂ। ਅਤੇ ਨਾਲ ਨਾਲ ਮੈਂ ਇਹ ਕਹਾਂਗਾ ਕਿ ਸਾਡਾ ਜਿਹੜਾ ਸਿਸਟਮ ਵੀ ਹੈ ਉਹ ਵੀ ਇਹਦੇ ਲਈ ਜਿਹੜਾ ਜ਼ਿੰਮੇਵਾਰ ਹੈ, ਉਹਦੇ ਲਈ ਸਾਨੂੰ ਖੁਦ ਅੱਗੇ ਵੱਧ ਕੇ ਜਿਹੜਾ ਹੈ ਇਹ ਰੋਕਣਾ ਪਏਗਾ ਪਟਾਕਿਆਂ ਦਾ ਜਾਂ ਜੋ ਵੀ ਹੈ ਨੋਇਸ ਪੋਲਿਊਸ਼ਨ ਦਾ। ਇਹ ਸਾਰੀਆਂ ਗੱਲਾਂ 'ਤੇ ਕਾਬੂ ਕਰਨ ਦੇ ਲਈ ਬਹੁਤ ਜ਼ਰੂਰੀ ਹੈ। ਅਗਰ ਅਸੀਂ ਇਹਨਾਂ ਗੱਲਾਂ ਨੂੰ ਰੋਕਣ 'ਚ ਕਾਮਯਾਬ ਹੁੰਦੇ ਹਾਂ ਤਾਂ ਮੈਂ ਸੋਚਦਾ ਕਿ ਸਹੀ ਮਾਇਨਿਆਂ ਦੇ ਵਿੱਚ ਜੋ ਸਾਨੂੰ ਇਹ ਵਿਰਸੇ 'ਚ ਮਿਲੀਆਂ ਹੋਈਆਂ ਸਾਡੇ ਤਿਉਹਾਰ ਹਨ ਉਹਨਾਂ ਨੂੰ ਖੁਸ਼ੀਆਂ ਚਾਵਾਂ ਨਾਲ ਅਸੀਂ ਹੋਰ ਵੀ ਵੱਧ ਕੇ ਅਸੀਂ ਮਨਾ ਸਕਦੇ ਹਾਂ। ਇੱਕ ਗੱਲ ਮੈਂ ਜ਼ਰੂਰ ਕਹਾਂਗਾ ਕਿ ਪਿਛਲੇ ਸਮੇਂ 'ਚ ਅਸੀਂ ਦੇਖਣ 'ਚ ਆਇਆ ਕਿ ਜਿਹੜੀਆਂ ਖਾਣ ਪੀਣ ਦੀਆਂ ਵਸਤਾਂ ਨੇ, ਖਾਸ ਕਰਕੇ ਜੋ ਮਿਲਾਵਟ ਮਠਿਆਈਆਂ 'ਚ, ਦੁੱਧ 'ਚ, ਪਨੀਰ 'ਚ, ਇਹਨਾਂ ਸਮਿਆਂ 'ਤੇ ਬਹੁਤ ਜ਼ਿਆਦਾ ਜਿਹੜੀ ਹੁੰਦੀ ਹੈ, ਉਹਨਾਂ ਦਾ ਵੀ ਜਿਹੜਾ ਹੈ ਉਹਨਾਂ ਨੂੰ ਰੋਕਣਾ ਵੀ ਜ਼ਰੂਰੀ ਹੈ ਅਤੇ ਧਿਆਨ ਰੱਖਣਾ ਵੀ ਜ਼ਰੂਰੀ ਹੈ। ਸੋ ਮੈਂ ਇਸ ਗੱਲ ਦੀ ਅਪੀਲ ਵੀ ਕਰਾਂਗਾ ਉਹਨਾਂ ਨੂੰ ਕਿ ਆਪਾਂ ਕੋਈ ਕਿਸੇ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਨ ਦਾ ਸਾਨੂੰ ਬਿਲਕੁਲ ਮੌਕਾ ਨਹੀਂ ਦੇਣਾ ਚਾਹੀਦਾ। ਅਤੇ ਜਿੱਥੇ ਵੀ ਤੁਹਾਨੂੰ ਇਹ ਕਿਤੇ ਲੱਗੇ ਤਾਂ ਤੁਹਾਨੂੰ ਉਹ ਜ਼ਰੂਰ ਸਰਕਾਰ ਦੇ ਧਿਆਨ 'ਚ, ਲੋਕਲ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਕੇ ਉਹਨਾਂ ਗੱਲਾਂ ਨੂੰ ਰੋਕਣ ਦੇ ਲਈ, ਉਹਨਾਂ ਦੇ ਵਿਰੁੱਧ ਜਿਹੜੇ ਬੰਦੇ ਇਹਨਾਂ 'ਚ ਸ਼ਾਮਿਲ ਹੁੰਦੇ ਹਨ ਉਹਨਾਂ ਦੇ ਲਈ ਸਾਨੂੰ ਕਾਰਵਾਈ ਕਰਾਉਣੀ ਬਹੁਤ ਜ਼ਰੂਰੀ ਹੁੰਦੀ ਹੈ। ਸੋ ਜੇ ਅਸੀਂ ਸਹੀ ਮਾਇਨਿਆਂ ਦੇ ਵਿੱਚ ਇਹ ਸਾਰਾ ਕੁਛ ਰੋਕਣ 'ਚ ਕਾਮਯਾਬ ਹੁੰਦੇ ਹਾਂ ਤਾਂ ਮੈਂ ਸੋਚਦਾ ਕਿ ਇੱਕ ਬਹੁਤ ਵਧੀਆ ਸੁਨੇਹਾ ਅਸੀਂ ਆਪਣੇ ਸਮਾਜ ਦੇ ਲਈ ਅਤੇ ਆਪਣੇ ਬੱਚਿਆਂ ਦੀਆਂ ਜ਼ਿੰਦਗੀਆਂ ਨੂੰ ਬਚਾਉਣ ਦੇ ਲਈ ਅਸੀਂ ਦੇ ਸਕਦੇ ਹਾਂ। ਅੰਤ ਦੇ ਵਿੱਚ ਫਿਰ ਮੈਂ ਅੱਜ ਦੇ ਪਵਿੱਤਰ ਦਿਨ ਦੇ ਉੱਤੇ, ਦੀਵਾਲੀ ਦੇ ਦਿਨ ਦੇ ਉੱਤੇ ਬਹੁਤ ਬਹੁਤ ਮੈਂ ਵਧਾਈ ਦਿੰਦਾ ਅਤੇ ਰੱਬ ਦੇ ਚਰਨਾਂ 'ਚ ਮੇਰੀ ਅਰਦਾਸ ਹੈ ਕਿ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤੀ ਦੇਵੇ, ਸਾਡੇ ਬੱਚਿਆਂ ਨੂੰ ਬੁਰਾਈਆਂ ਤੋਂ ਦੂਰ ਰੱਖੇ ਅਤੇ ਤੁਹਾਡੇ ਵਿਹੜਿਆਂ ਦੇ ਵਿੱਚ ਖੁਸ਼ੀਆਂ ਦੇ ਦੀਪ ਜਗਾਏ। ਇਹ ਮੇਰੀ ਰੱਬ ਦੇ ਚਰਨਾਂ 'ਚ ਤੁਹਾਡੇ ਲਈ ਅਰਦਾਸ ਕਰਦਾ ਹੋਇਆ ਮੈਂ ਬਹੁਤ ਬਹੁਤ ਵਧਾਈ ਦਿੰਦਾ ਹਾਂ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ।